हसदा वसदा परिवार नूं लग गई किस चंद्रे की नज़र। पहलां होई नूंह की मौत, बाद विच होई पुत की मौत, ते फिर होई पति की मौत तो बाद विच घर विच शाही अत की गरीबी। अपने दो छोटे छोटे पोतरियां दा ढिड भरन लई दो वक्त की रोटी की खातर दादा दी ठोकरां खा रही ए विधक विधवा। 72 साला बजुर्ग महिला, मां प्यो दे जिउंदे जी भरी जवानी च नूंह ते पुत दुनिया तो तोर जाण ता उस मां प्यो की दुनिया ही उजड़ जाती है। ऐसा ही एक मामला सामने आया है। जिला तंतां दे पिंड बामणीवाल तो 76 साला बजुर्ग और सुरिंदर कौर ने अपनी हड्डबीती दस के समाज सेवियां तो मदद की गुहार लगाई है। बजुर्ग और सुरिंदर सिंह ने भरे मन दसिया कि उसका चंगा भला हसदा परिवार सी, पता नहीं किस की नज़र उसके परिवार को लग गई। पहला उसकी नूंह चली गई, फिर थोड़े दिनों बाद उसका जवान पुत की मौत हो गई। अपने नूंह ते पुत की मौत तो मौत का दुख ना सहारते उसका पति भी कुछ ही दिनों बाद भी मौत हो गई। बाद विच इन्नी ज़्यादा गरीबी आ गई कि दो वक्त की रोटी तो भी आतर हो गए ने। पीड़ित ने दसिया कि घर में ना तो कुछ खाने, ना ही घर में मोटर, ना ही घर में पानी पीने है। इत्थे तक कि जो गुसलखाने बने हुए ने उन्हां पर अजे तक छत भी नहीं पै सकी। पीड़ित बजुर्ग महिला ने दसिया कि वह तुरंत की हालत में नहीं है, पर फिर भी लोगों के घर में पानी लिया के अपने घर का गुजारा कर रही है। बजुर्ग औरत ने दसिया कि उसका पुत दिया दो आखिरी निशान, उसके दोवें लड़के ते मेरे पोतरे जो अजे छोटे छोटे हैं उन्हों का ढिड भर ली और दो वक्त की रोटी ली दादा दी ठोकरा खा रही। सुरिंदर कौर मार जी मेरे पोते निके निके उहदे बच्चे आ, पहला इन्हां दी मम्मी पूरी हो गई, फिर उस तो बाद इन्हां दा पापा पूरा हो गया। मैं माड़ी किस्मत वाली। मैं ਤੇ ਤੁਹਾਡੇ ਘਰ ਵਾਲੇ ਕਿੱਥੇ? ਉਹ ਵੀ ਪੂਰੇ ਹੋ ਗਏ। ਉਹ ਨੌ ਦੇ ਗਮ ਨਾ ਪੂਰਾ ਹੋ ਗਿਆ ਵੀ ਮੇਰਾ ਪੁੱਤ ਵਸਦਾ ਵਸਦਾ ਉੱਜੜ ਗਿਆ ਆ। ਉਹ ਪੂਰਾ ਪਹਿਲਾਂ ਹੋਇਆ ਸੀ ਪੁੱਤ ਤੋਂ। ਕੀ ਆ ਦੋ ਪੋਤਰੇ ਹੁਣ ਤੁਸੀਂ ਤੁਹਾਡੇ ਕੋਲ ਹੀ ਆ? ਜੀ ਮੇਰੇ ਕੋਲ। ਕੁਛ ਇਹਨਾਂ ਦੀ ਕਿਸਮਤ ਮਾੜੀ, ਕੁਛ ਮੇਰੀ ਕਿਸਮਤ ਮਾੜੀ। ਤੇ ਘਰ ਦੇ ਕੀ ਹਾਲਾਤ ਨੇ ਮਾਤਾ ਜੀ? ਰੋਟੀ ਪਾਣੀ ਦਾ ਹੁਣ ਕਿਵੇਂ ਸਰਦਾ? ਬਹੁਤ ਗਰੀਬੀ ਆ, ਕੌਣ ਕਮਾਵੇ ਤੇ ਕੌਣ ਖਵਾਵੇ ਸਾਨੂੰ ਤਿੰਨਾਂ ਨੂੰ। ਤੁਸੀਂ ਨੀ ਜਾਂਦੇ ਕੋਈ ਕੰਮ ਕਰਦੇ? ਮੈਂ ਨੀ ਕੰਮ ਕਰਨ ਜੋਗੀ। ਕੀ ਹੋਇਆ? ਮੈਨੂੰ ਨਾ ਪੁੱਤ ਨੇ ਛੱਡਿਆ, ਨਾ ਘਰ ਵਾਲੇ ਨੇ, ਨਾ ਨੂੰਹ ਨੇ ਕਮਾਈ ਕਰਨ ਜੋਗੀ ਛੱਡਿਆ ਹੀ ਨੀ ਮੈਨੂੰ ਇਹਨਾਂ ਨੇ। ਤੇ ਹੁਣ ਗੁਜ਼ਾਰਾ ਕਿਵੇਂ ਹੁੰਦਾ? ਇਤਰਾ ਹੀ ਮੰਗ ਪਿੰਨ ਕਈ ਮੰਗ ਪਿੰਨ ਕਦੀ ਕਿਤੇ ਸੇਵਾ ਕਰਨ ਚਲ ਗਈ, ਉੱਥੋਂ ਫੁਲਕੇ ਲੈ ਆਈ ਲੋ ਬੱਚਿਆਂ ਵਾਸਤੇ। ਘਰ ਬੂਹਾ ਤਾਂ ਤੁਹਾਡਾ ਠੀਕ ਆ? ਨਹੀਂ ਘਰ ਬੂਹਾ ਨੀ ਠੀਕ, ਆ ਕੁੱਲੀ ਛੱਤ ਕੇ ਦੇ ਗਿਆ ਆ। ਕੁਛ ਬਿਮਾਰੀਆਂ ਨੇ ਖਾ ਲਿਆ, ਕੁਛ ਮਰਗਾਂ ਨੇ ਖਾ ਲਿਆ ਮੈਨੂੰ, ਤੇੜਾਂ ਆਈਆਂ ਵਾ। ਹੁਣ ਕੀ ਮੰਗ ਕੀ ਕਰਦੇ ਸਮਾਜ ਸੇਵੀਆਂ ਤੋਂ ਤੁਸੀਂ? ਮੇਰੇ ਬਾਰੇ ਕੁਛ ਸੋਚੋ, ਅਸੀਂ ਤਿੰਨੇ ਬੇਨਿਆਸਰੇ ਆ। ਸਹਾਇਤਾ ਚਾਹੁੰਦੇ ਕੋਈ? ਹਾਂਜੀ ਸਹਾਇਤਾ ਚਾਹੁੰਦੇ ਆ। ਇਹ ਪਲ ਜਾ ਮੈਂ ਇਹਨਾਂ ਦੇ ਕੋਲ ਕਿਹੜਾ ਬੈਠੀ ਰਹਿਣਾ। ਉਮਰ ਕਿੰਨੀ ਮਾਤਾ ਜੀ ਤੁਹਾਡੀ? 75 ਕੁ ਸਾਲ ਦੀ ਹੋ ਗਈ, 73 ਸਾਲ ਦੀ। ਤੇ ਤੁਸੀਂ ਚੁੱਲਾ ਬਾਲਣ ਦਾ ਕੀ? ਚੁੱਲਾ ਬਾਲਦੇ ਆ ਚੁੱਲਾ ਕੀ ਕਰਾਂ, ਇਹਦੀ ਕਮਾਈ ਵਰਤਾ ਮੈਨੂੰ ਕੋਈ ਦਿਖਦਾ ਨਹੀਂ। ਪੋਤਰੇ ਮੇਰੇ ਉਂਝ ਨਿੱਕੇ ਨਿੱਕੇ, ਮੈਂ ਉਂਝ ਨਹੀਂ ਕੁਛ ਕੰਮ ਕਰ ਸਕਦੀ। ਮੇਰਾ ਕਾਲ ਜੀ ਕੀ ਗੱਲ, ਕੀ ਹਾਲਾਤ ਨੇ ਕਰਦੇ? ਮੇਰਾ ਡੈਡੀ ਪੂਰਾ ਹੋ ਗਿਆ, ਮੰਮੀ ਪੂਰੀ ਹੋ ਗਈ, ਤੇ ਮੇਰਾ ਦਾਦਾ ਜਿਹੜਾ ਲਿਆ ਕੇ ਦਿੰਦਾ ਸੀ ਉਹ ਵੀ ਪੂਰਾ ਹੋ ਗਿਆ, ਤੇ ਕਈ ਕਈ ਵਾਰ ਦਾਦੀ ਸੇਵਾ ਕਰਕੇ ਲਿਆ ਦਿੰਦੀ, ਕਈ ਵਾਰ ਨਹੀਂ, ਗੁਜ਼ਾਰਾ ਇੱਦਾਂ ਹੀ ਹੋ ਜਾਂਦਾ। ਤੇ ਪਾਣੀ ਹੈਗਾ ਘਰੇ? ਨਹੀਂ ਨਾ ਮੋਟਰ ਹੈਗੀ ਆ ਨਾ ਪਾਣੀ ਹੈਗਾ ਵਾ, ਇੱਦਾਂ ਹੀ ਲਿਆ ਲਿਆਉਣ ਕੇ ਖਾ ਲਈਦਾ। ਸਕੂਲੇ ਕਾਹਦੇ ਨਾਲ ਜਾਵਾਂ, ਨਾ ਪੈਸਾ ਹੁੰਦਾ ਨਾ ਰੋਟੀ ਹੁੰਦੀ। ਸਾਡੀ ਦਾਦੀ ਬਜ਼ੁਰਗ ਆ, ਸਾਡਾ ਕੋਈ ਕਮਾਉਣ ਵਾਲਾ ਨਹੀਂ ਹੈ, ਤੇ ਸਾਨੂੰ ਸਹਾਇਤਾ ਦਿੱਤੀ ਜਾਵੇ। ਘਰੇ ਨਾ ਹੀ ਮੋਟਰ ਹੈਗੀ ਆ। ਸਰਕਾਰੀ ਟੂਟੀ ਵੀ ਨਹੀਂ ਆਉਂਦੀ? ਅੱਛਾ, ਤੇ ਕਿਤਰਾ ਗੁਜ਼ਾਰਾ ਕਿਵੇਂ ਹੁੰਦਾ ਹੁੰਦਾ? ਇਤਰਾ ਹੀ ਦਾਦੀ, ਰੋਟੀ ਕਿਸੇ ਬਾਹਰੋਂ ਲੈ ਲੂ ਆਉਂਦੀ ਗੁਰਦੁਆਰੇ। ਪਾਪਾ ਕਿੱਥੇ ਤੇਰੇ? ਤੇ ਮੰਮਾ? ਤੇ ਦਾਦਾ? ਨਹੀਂ। ਕਿਉਂ? ਘਰੇ ਨਾ ਹੀ ਪੈਸਾ ਹੈਗਾ ਨਾ ਹੀ ਤੇਲਾ ਤਿਆਰ ਕਰਨ ਨੂੰ। ਕੀ ਮੰਗ ਕਰਦੇ ਹੁੰਦੇ? ਸਾਡੀ ਸਹਾਇਤਾ ਕੀਤੀ ਹੈ।